ਤੁਹਾਨੂੰ ਕੀ ਤਕਲੀਫ ਹੈ ਜੀ ਇਸ ਮੇਰੇ ਕਾਂਗਰਸ ਰਹਿਣ ਨਾਲ? ਮੈਂ ਹਮੇਸ਼ਾ ਬੋਲਦਾ ਰਿਹਾ, ਅੱਜ ਦਾ ਇਸ਼ੂ ਦੇਖੋ ਤੁਸੀਂ, ਮੈਂ ਹਮੇਸ਼ਾ ਕੰਡੈਮ ਕੀਤਾ। ਤੁਸੀਂ ਅੱਜ ਦੇ ਗੱਲ ਦੀ ਗੱਲ ਕਰੋਗੇ ਜੀ ਪਲੀਜ਼? ਮੈਂ ਕਾਂਗਰਸ ਵਿੱਚ ਰਹਿ ਕੇ ਹਰ ਵਧੀਕੀ ਦੀ ਕੰਡੈਮਨੇਸ਼ਨ ਕੀਤੀ ਆ, ਹਰ ਕਸਟੋਡੀਅਲ ਡੈਥ ਦੀ ਕੰਡੈਮਨੇਸ਼ਨ ਕੀਤੀ, ਤੁਹਾਨੂੰ ਨਹੀਂ ਪਤਾ। ਕਾਈਂਡਲੀ ਪਲੀਜ਼ ਆਪਣਾ ਨਾ ਆਪਣਾ ਰਵੱਈਆ ਠੀਕ ਰੱਖੋ। ਪੱਤਰਕਾਰਾਂ ਨਾਲ ਲਾਲ ਪੀਲੇ ਹੋ ਰਹੇ ਇਹ ਹਨ ਸੁਖਪਾਲ ਸਿੰਘ ਖਹਿਰਾ। ਦਰਅਸਲ ਸੁਖਪਾਲ ਸਿੰਘ ਖਹਿਰਾ ਅੱਜ ਫਰੀਦਕੋਟ 'ਚ ਪੁਲਿਸ ਹਿਰਾਸਤ 'ਚ ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਪੁਲਿਸ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਹੋਏ ਸਨ। ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਮੌਕੇ ਪਿਛਲੇ ਕਾਲੇ ਦਿਨਾਂ ਨੂੰ ਯਾਦ ਕਰਵਾਇਆ ਜਾ ਰਿਹਾ ਸੀ ਕਿ ਕਿਵੇਂ ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਨੌਜਵਾਨਾਂ ਨੂੰ ਆਪਣੀ ਹਿਰਾਸਤ 'ਚ ਲੈ ਕੇ ਆਪਣਾ ਸ਼ਿਕਾਰ ਬਣਾਇਆ ਜਾਂਦਾ ਸੀ। ਪੁਲਿਸ ਖਿਲਾਫ਼ ਧਰਨੇ ਦੀ ਸਮਾਪਤੀ ਤੋਂ ਬਾਅਦ ਜਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਝ ਪੱਤਰਕਾਰਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਇਹ ਪੁੱਛਿਆ ਕਿ ਤੁਸੀਂ ਕਾਲੇ ਦਿਨਾਂ ਨੂੰ ਯਾਦ ਕਰਵਾ ਰਹੇ ਹੋ ਜਦਕਿ ਉਹਨਾਂ ਦਿਨਾਂ ਵਿੱਚ ਤੁਸੀਂ ਕਾਂਗਰਸ ਦੇ ਨਾਲ ਸੀ। ਬਸ ਫਿਰ ਕੀ ਸੀ, ਸੁਖਪਾਲ ਸਿੰਘ ਖਹਿਰਾ ਉਸ ਪੱਤਰਕਾਰ 'ਤੇ ਭੜਕ ਗਏ ਜਿਸ ਨੇ ਇਹ ਸਵਾਲ ਪੁੱਛਿਆ ਸੀ। ਇੱਕ ਵਾਰ ਪਹਿਲਾਂ ਤੁਸੀਂ ਸੁਣੋ ਕਿ ਕਿਵੇਂ ਸੁਖਪਾਲ ਸਿੰਘ ਖਹਿਰਾ ਪੱਤਰਕਾਰਾਂ ਨਾਲ ਲਾਲ ਪੀਲੇ ਹੋ ਰਹੇ ਹਨ। ਦੇਖੋ, SIT ਤਾਂ ਅਮਰਿੰਦਰ ਸਿੰਘ ਦੀ ਅਤੇ ਕਮਿਸ਼ਨ ਤਾਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਦੇ ਸਕੇ, ਅਤੇ ਫਰੀਦਕੋਟ ਦੇ ਇਸ ਜਿਹੜਾ ਬਹੁਤ ਵੱਡਾ ਇੱਕ ਇਸ਼ੂ ਉੱਠਿਆ ਪੁਲਿਸ ਕਸਟੋਡੀਅਲ ਡੈਥ ਵਿੱਚ, ਇੱਥੋਂ ਕਿੱਥੋਂ ਇਨਸਾਫ਼ ਦੇ ਦੇਵੇਗੀ? ਤਾਂ ਹੀ ਉਹ ਅਸੀਂ ਕਹਿ ਰਹੇ ਹਾਂ ਕਿ ਅਮਰਿੰਦਰ ਸਿੰਘ ਨੂੰ ਹੁਣ ਤੱਕ ਨਿਆਇਕ ਜਾਂਚ ਸੈਸ਼ਨ ਜੱਜ ਫਰੀਦਕੋਟ ਦੀ ਆਰਡਰ ਕਰ ਦੇਣੀ ਚਾਹੀਦੀ ਸੀਗੀ। ਨਹੀਂ ਕਰਨਗੇ ਤਾਂ ਅਸੀਂ ਕੱਲ੍ਹ ਤੱਕ ਕੋਸ਼ਿਸ਼ ਕਰਾਂਗੇ ਕਿ ਅਸੀਂ ਹੇਬੀਅਸ ਕਾਰਪਸ ਪਟੀਸ਼ਨ ਫਾਈਲ ਕਰਕੇ ਹਾਈਕੋਰਟ ਮੂਵ ਕਰਾਂਗੇ। ਕਾਲੇ ਦਿਨਾਂ ਦੀ ਗੱਲ ਕੀਤੀ, ਤੁਸੀਂ ਆਪ ਕਾਂਗਰਸ 'ਚ ਰਹੇ ਉਹਨਾਂ ਚਿਰ, ਜਦੋਂ ਤੀਕਰ ਤੁਸੀਂ ਕਾਂਗਰਸ ਸੀ ਉਦੋਂ ਕਾਂਗਰਸ ਠੀਕ ਸੀ, ਅਤੇ ਅੱਜ ਉਹ ਗਲਤ ਹੋ ਗਈ ਤੁਹਾਡੇ ਚੱਲਣ ਤੋਂ? ਤੁਹਾਨੂੰ ਕੀ ਤਕਲੀਫ਼ ਹੈ ਜੀ ਇਸ ਮੇਰੇ ਕਾਂਗਰਸ ਰਹਿਣ ਨਾਲ? ਮੈਂ ਹਮੇਸ਼ਾ ਬੋਲਦਾ ਰਿਹਾ, ਅੱਜ ਦਾ ਇਸ਼ੂ ਦੇਖੋ ਤੁਸੀਂ, ਮੈਂ ਹਮੇਸ਼ਾ ਕੰਡੈਮ ਕੀਤਾ। ਤੁਸੀਂ ਅੱਜ ਦੇ ਗੱਲ ਦੀ ਗੱਲ ਕਰੋਗੇ ਜੀ ਪਲੀਜ਼? ਮੈਂ ਕਾਂਗਰਸ ਵਿੱਚ ਰਹਿ ਕੇ ਹਰ ਵਧੀਕੀ ਦੀ ਕੰਡੈਮਨੇਸ਼ਨ ਕੀਤੀ ਆ, ਹਰ ਕਸਟੋਡੀਅਲ ਡੈਥ ਦੀ ਕੰਡੈਮਨੇਸ਼ਨ ਕੀਤੀ, ਤੁਹਾਨੂੰ ਨਹੀਂ ਪਤਾ। ਮੈਂ ਆਪਣੇ ਹਲਕੇ ਦੇ ਵਿੱਚ, ਆਈ ਐਮ ਸੋਰੀ ਜੀ, ਤੁਸੀਂ ਬਾਇਸ ਕੁਐਸਚਨ ਪੁੱਛ ਰਹੇ ਹੋ, ਤੁਸੀਂ ਪਾਰਟੀਬਾਜ਼ੀ ਅਤੇ ਪੱਖਪਾਤੀ ਸਵਾਲ ਕਰ ਰਹੇ ਹੋ। ਮੈਂ ਇਨਸਾਨੀਅਤ ਦੀ ਲੜਾਈ ਅੱਜ ਦਾ ਨਹੀਂ, ਕਈ ਦਹਾਕਿਆਂ ਤੋਂ ਲੜ ਰਿਹਾ। ਕਾਈਂਡਲੀ ਪਲੀਜ਼ ਆਪਣਾ ਨਾ ਆਪਣਾ ਰਵੱਈਆ ਠੀਕ ਰੱਖੋ। ਤੁਸੀਂ ਸਵਾਲ ਪੁੱਛਣ ਲੱਗੇ ਤਾਂ ਦੇਖਿਆ ਕਰੋ ਨਾ। ਸੁਣਿਆ ਤੁਸੀਂ, ਪਰ ਮਾਮਲਾ ਇੱਥੇ ਹੀ ਰਫਾ ਦਫਾ ਨਹੀਂ ਹੋਇਆ। ਸੁਖਪਾਲ ਸਿੰਘ ਖਹਿਰਾ ਦੀ ਇਸ ਤਿੱਖੀ ਸ਼ਬਦਾਵਲੀ ਤੋਂ ਬਾਅਦ ਉਹਨਾਂ ਦੇ ਵਰਕਰਾਂ ਨੇ ਵੀ ਪੱਤਰਕਾਰਾਂ ਨੂੰ ਵਿਕਾਊ ਮੀਡੀਆ ਕਹਿ ਕੇ ਸੰਬੋਧਨ ਕਰਨਾ ਅਤੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਪੱਤਰਕਾਰਾਂ ਨੇ ਵੀ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਹੈ ਅਤੇ ਫਰੀਦਕੋਟ ਦੀ ਸਮੂਹ ਪੱਤਰਕਾਰ ਭਾਈਚਾਰੇ ਨੇ ਇਹ ਫੈਸਲਾ ਕੀਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬੀ ਏਕਤਾ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਕਸਰ ਮੀਡੀਆ ਦਾ ਸਹਾਰਾ ਲੈ ਕੇ ਮੀਡੀਆ ਵਿੱਚ ਬਣੇ ਰਹਿਣ ਵਾਲੇ ਸੁਖਪਾਲ ਸਿੰਘ ਖਹਿਰਾ ਅੱਜ ਮੀਡੀਆ 'ਤੇ ਹੀ ਭੜਕ ਰਹੇ ਹਨ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਕੱਲ੍ਹ ਆਉਣ ਵਾਲੇ ਚੋਣਾਂ ਦੇ ਨਤੀਜਿਆਂ 'ਚ ਸੁਖਪਾਲ ਸਿੰਘ ਖਹਿਰਾ ਨੂੰ ਆਪਣੀ ਹਾਰ ਕੰਧ 'ਤੇ ਲਿਖੀ ਵਿਖਾਈ ਦੇ ਰਹੀ ਹੈ, ਜਿਸ ਦੀ ਬਖਲਾਹਟ ਉਹ ਪੱਤਰਕਾਰਾਂ 'ਤੇ ਝਾੜ ਰਹੇ ਹਨ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।